بسم اللہ الرحمن الرحیم احسان ਬਾਜਵਾ ایک ਨਵੇਂ जाट ਕਬੀਲੇ ਦਾ ਅਹਿਵਾਲ ਲੈ ਕੇ ਤੁਹਾਡੀ خدمت ਚ ਹਾਜ਼ਰ ਅੱਜ ਅਸੀਂ ਤੁਹਾਡੇ ਨਾਲ ਗੱਲ ਸੰਜੀ ਕਰਨ ਲੱਗੇ ਹਾਂ ਸੁਖੇਰਾ जाट ਕਬੀਲੇ ਦੇ ਬਾਰੇ ਵਿੱਚ ਸੁਖੇਰਾ ਕਬੀਲਾ ਸਾਡੇ ਰਿਕਾਰਡ ਮੁਤਾਬਕ ਸਿੱਕੇਬੰਦ जाट ਕਬੀਲਾ ਹੈ ਸੁਖੇਰਾ ਤਨਵਰਦਾਇਆ ਇਹ ਜੀ ਨੂੰ ਤਨੌਰ ਵੀ ਕਈ ਪਰਦੇ ਨੇ ਉਹਦਾ ਪੁੱਤਰ ਏ ਤੂਰ ਟੋਮਰਾ ਦਾ ਪੋਤਰਾ ਤੇ ਨਾਇਚ ਦਾ ਪਰਪੋਤਾ ਇਹ ਸੂਰਜਵੰਸੀ ਜੱਟਾਂ ਦਾ ਮਸ਼ਹੂਰ ਖਾਨਦਾਨ ਏ ਤੇ ਜੱਟਾਂ ਦੇ 36 ਖਾਨਦਾਨਾਂ ਵਿੱਚ ਤੂਰ ਟੋਮਰਾ ਦਾ ਵੀ ਨਾਂ ਜਿਹੜਾ ਆਉਂਦਾ ਹੁਣ ਅਸੀਂ ਵੇਖਦੇ ਆਂ ਵੀ ਸਖੇਰਾ ਕਬੀਲਾ ਦਾ ਜ਼ਿਕਰ ਅਜ਼ਕਾਰ ਹੋਰ ਕਿਹੜਿਆ ਕਿਹੜਿਆ ਤਾਰੀਖੀ ਤਸਕਰਿਆਂ ਵਿੱਚ ਕਿੱਥੇ ਕਿੱਥੇ ਤੇ ਕਿਵੇਂ ਕਿਵੇਂ ਮਿਲਦਾ ਹੈ ਗਲਾਸਰੀਆ ਆਫ ਟ੍ਰਾਈਬਸ ਐਂਡ ਕਾਸਟਸ ਵਿੱਚ ਈ.ਡੀ. ਮੈਕਲੇਗਨ ਤੇ ਐਚ. ਰੂਜ਼ ਨੇ ਸਖੇਰਾ ਨੂੰ ਤਨਵਾਰ ਰਾਜਪੂਤਾ ਨਾਲ ਤਲਕ ਰੱਖਣ ਵਾਲੇ ਪਛਾਹਦਿਆਂ ਦੀ ਇੱਕ ਸ਼ਾਖ ਦੱਸਿਆ ਤੇ ਮੁਰ ਉਹੋ عظیم ਜੱਟ ਕਬੀਲਿਆਂ ਦੀ ਹਾਨਤ ਕਰਨ ਵਾਲੀ ਗੱਲ ਏ ਉਹਨੇ ਇੱਕ ਜੱਟਣੀ ਨਾਲ ਵਿਆਹ ਕਰਾ ਲਿਆ ਤੇ ਰਾਜਪੂਤੀ ਦੀ ਛੱਤ ਤੋਂ ਥੱਲੇ ਡਿੱਗ ਪੈਣ ਵਾਲੀਆਂ ਬੇਥਵੀਆਂ ਗੱਲਾਂ ਲਿਖੀਆਂ ਹੋਈਆਂ ਨੇ ਜਿਨ੍ਹਾਂ ਦਾ ਕੋਈ ਸਿਰ ਪੈਰ ਨਹੀਂ ਕਈ ਵਾਰੀ ਇਸ ਗੱਲ ਦਾ ਜ਼ਿਕਰ ਅਸੀਂ ਕਰ ਚੁੱਕੇ ਆਂ ਵੀ ਬੰਦੇ ਦੀ نسل ਪਿਓ ਤੋਂ ਚੱਲਦੀ ਏ ਪਰ ਰਾਜਪੂਤ ਦਾ ਜਟਨੀ ਨਾਲ ਵਿਆਹ ਕਰਾ ਕੇ ਜੱਟ ਬਣ ਜਾਣਾ ਸਮਝੋ ਬਾਹਰੇ ਅੱਗੇ ਲਿਖਿਆ ਹੋਇਆ ਵੀ ਜਾਤ ਬਦਰ ਹੋਣ ਮਗਰੋਂ ਸਰਸਾ ਤੋਂ ਹੁੰਦਾ ਹੋਇਆ ਸਤਲੁਜ ਦੇ ਕੰਢਿਆਂ ਲਾਗੇ ਉਹ ਆਣ ਕੇ ਵਸ ਗਿਆ ਪਰ ਉਹਦੀ ਔਲਾਦ ਪਰਤ ਕੇ ਬਹੁਨਾ ਟੁਰ ਗਈ ਤੇ ਹੁਣ ਉਹਨਾਂ ਦੀ ਕਿਉਂਵੇਂ ਲੋਕ ਜਿਹੜੇ ਨੇ ਭੀਮ ਵਸਤੀ ਤੇ ਬਿਗਾਰ ਵਿੱਚ ਰਹਿੰਦੇ ਨੇ ਅਤੇ ਹਸਾਰ ਵਿੱਚ ਉਹਨਾਂ ਦੇ ਪੰਜੀ ਪਿੰਡ ਨੇ ਇਸ ਕਬੀਲੇ ਦਾ ਨਾਮ ਥਰੀਪਾਲ ਦੇ ਪੁੱਤਰ ਸੁਖਾ ਦੇ ਨਾਮ ਤੋਂ ਪਿਆ ਇਹ ਸੀ ਸੁਖੇਰਾ जाट ਕਬੀਲੇ ਬਾਰੇ ਕੱਲੀ-ਕੱਲੀ ਜਾਣਕਾਰੀ ਜੋ ਸਾਨੂੰ ਗਲਾਸਰੀ ਆਫ ਟ్రਾਈਬਸ ਐਂਡ ਕਾਸਟਸ ਵਿੱਚੋਂ ਮਿਲ ਹੱਥੀ ਆਈ ਇਸ ਤੋਂ ਵੱਡ ਕਿਸੇ ਤਾਰੀਖੀ ਤਜ਼ਕੀਰੇਂ ਅੰਦਰ ਸੁਖੇਰਾ जाट ਕਬੀਲੇ ਦਾ ਸਾਨੂੰ ਕੋਈ ਜ਼ਿਕਰ ਨਹੀਂ ਲੱਭਾ ਹਲਾਲ ਸੁਖੇਰਾ ਜੱਟ ਕਬੀਲਾ ਸਰੋਹਾ ਜੱਟ ਦੀ عظیم نسل ਦੀ ਫਲੀਏ ਪਰ ਸਦਕੇ ਜਾਈਏ ਇੰਜ ਦੀਆਂ ਖੋਜਾਂ ਕਰਨ ਵਾਲਿਆਂ ਦੇ ਜਿਨ੍ਹਾਂ ਨੇ عظیم ਜੱਟ ਕਬੀਲਿਆਂ ਦੀ ਹਾਨਤ ਕਰਨ ਦੀ ਸੌ ਖਾਦੀ ਹੋਈ ਹੈ ਅਤੇ ਇਹਨਾਂ ਦੀ ਇੱਕ ਗੱਲ ਦੂਜੀ ਗੱਲ ਨਾਲ ਨਹੀਂ ਰਲਦੀ ਹੁਣ ਅਸੀਂ ਵੇਖਦੇ ਹਾਂ ਵੀ ਕੁਰਸੀਨਾਮੇ ਅੰਦਰ ਸੁਖੇਰਾ ਜੱਟ ਕਬੀਲਾ ਕਿੱਥੇ ਜਾ ਕੇ ਜੁੜਦਾ ਹੈ ਗੱਟਦਾਇ ਕੁਰਸੀਨਾਮਾ ਆਰੀਆ ਡਾਕਟਰ ਲਾਲਬਖਸ਼ ਨਾਇਕ ਮੱਲੀ ਜੱਟ ਨੇ ਸਾਡੇ ਨਾਲ ਮੀਰਪੁਰ ਮਥੇਲਾ ਤੋਂ ਸਾਂਝਾ ਕੀਤਾ ਉਹ ਸ਼ਿਜਰੇ ਮੁਤਾਬਕ حضرت ਆਦਮ ਤੋਂ ਚੋਖਾ ਗੇਰੇ ਪੁੱਜ ਕੇ ਨਾਂ ਆਉਂਦਾ ਹੈ حضرت ਨੂਹ علیہ السلام ਹੋਰਾਂ ਦਾ ਅੱਗੋਂ حضرت ਨੂਹ علیہ السلام ਹੋਰਾਂ ਦੇ ਪੁੱਤਰ ਹੋਏ ਸ਼ਾਮ ਤੇ ਹਾਮ ਤੇ ਯਾਫਤ ਤੇ ਕਨਾਨ ਯਰਨ ਹਰ ਹਰ ਤੇ ਅਜਮ ਕਨਾਨ ਤੋਂ ਅਜਮ ਦੀ ਕਰੇ ਜਿਹੜੇ ਚਾਰੇ ਭਰਾ ਸਣੇ ਆਪਣੀ ਮਾਈ ਵਾਇਲਾ ਵਿੱਚੋਂ ਸਨ ਔਰ اے حضرت ਨੂ ਲੈ ਸਲਾਮ ਦੇ نا ਖਲਫ ਹੋਣ ਪਰ ਉਹਨਾਂ ਦੀ ਬੇੜੀ ਵਿੱਚ ਨਾ ਬੈਠੇ ਤੇ ਜਿਹੜਾ ਤੂਫਾਨ ਦੇ ਨੂ ਸੀ ਉਹਦੇ ਵਿੱਚ ਗਰਕ ਹੋ ਗਿਆ ਅਗੋ ਸ਼ਾਮ ਦੀ ਈਲਾਤ ਸ਼ਾਮੀ ਸਦਾਈ ਸ਼ਾਮ ਦੀ ਈਲਾਤ ਜਿਹੜੀ ਹੈ ਅਫਰੀਕਾ 'ਚ ਵੱਸ ਗਈ ਤੇ ਯਾਫਜ਼ ਦੀ ਈਲਾਤ ਜਿਹੜੀ ਹੈ ਤੁਰਕੀ ਟੀਨ ਤੇ ਯੂਰਪ 'ਚ ਵੱਸ ਗਈ ਤੇ ਇਹਨਾਂ ਜੋ ਸ਼ਾਮ ਦੀ ਈਲਾਤ ਜਿਹੜੀ ਹੈ ਉਹ ਏਸ਼ੀਆ 'ਚ ਹੀ ਰਹੀ ਅਗੋ ਸਾਬ ਦੇ ਪੁੱਤਰ ਹੋਏ ਅਰਫਕਾ ਸਿੰਧ ਈਸ਼ਵਰ ਜਿਹਦਾ ਦੂਜਾ ਨਾਮ ਹੈ ਨਵੀ ਸੀ ਅਰਬ ਜਿਹਦਾ ਦੁਗਿਆਦ ਆਰਮੀਨੀਆ ਅਸ਼ਵਰ ਜਿਹਦਾ ਦੁਗਿਆਦ ਫਾਰਸ ਸੀ ਲੂਦ ਜਿਹੜਾ ਦੁਗਿਆਦ ਰੂਮ ਸੀ ਬਲਕਾਦ ਸਮਾਦ ਕਨਾਦ ਕੀ ਕਾਦ ਤੇ ਲਾਵਰ ਅਗੋ ਅਰਫਕਾ ਸਿੱਧ ਦੇ ਪੁੱਤਰ ਹੋਏ ਸਖਰ ਭਖਰ ਠੱਟਾ ਹੋਲ ਹਰਮੇਸ਼ ਅਮਰ ਡਾਗਰ ਡਾਗਰ ਜਿਹੜਾ ਸੀ ਇਹ ਗੈਰ ਆਰੀਆ ਨਸਲ ਹੈ ਗੈਰ ਆਰੀਆ ਨਸਲ ਜਿਹੜੇ ਖੁਦਾ ਨੂੰ ਨਹੀਂ ਮੰਨਦੇ ਜਲੂਦਰ ਜਾਸ਼ਰ ਇਹਦਾ ਦੂਜਾ ਦਾ ਲਾਉਜ਼ਰ ਵੀ ਸੀ ਇਹਦੇ ਤੋਂ ਸਮੂਦ ਦੀ ਕੌਮ ਨਿਕਲੀ ਗੁਜਰਾਤ ਗਾਰਾ ਜਿਹਦਾ ਦੂਜਾ ਦਾ ਹੜੱਪਾ ਵੀ ਐ ਟੈਕਸਲਾ ਅਗਲਾ ਪੁੱਤਰ ਸੀ ਹੰਡ ਜਿਹਦੇ ਦਾ ਤੋਂ ਸੁਆਬੀ ਪਿਆ ਅਗਲਾ ਸਾਮ ਅਗਲਾ ਤਾਮਲ ਜਿਹਦੇ ਤੋਂ ਤਾਮਲ ਕੌਮ ਪਈ ਉਦੋਂ ਅਗਲੇ ਪੁੱਤਰ ਦਾ ਨਾਂ ਸੀ ਮੂਲਾ ਮੂਲਾ ਜਿਹੜਾ ਸੀ ਉਹਦੇ ਤੋਂ ਮੁਲਤਾਨ ਤੇ ਕਸ਼ੇਪੂਰਾ ਪਿਆ ਫਿਰ ਮੀਦੂਰਾਮ ਫਿਰ ਮਕਰਾਨ ਜਿਹਦਾ ਦੂਜਾ ਨਾਮ ਮਕਾਨ ਵੀ ਸੀ ਕਰਮਾਨ ਤੇ ਅਗਲਾ ਪੁੱਤਰ ਸਰਵਾਈ ਇਰਮ ਤੇ ਹਨਵਾਦਰ ਤੀਕਾਨ ਕਲਾ ਤੇ ਖੁਜ਼ਦਾਰ ਤਸੀਸ ਅਗੂ ਇਹਨਾਂ ਵਿੱਚੋਂ ਜਿਹੜਾ ਇਰਮ ਸੀ ਨਾ ਉਹਦਾ ਪੁੱਤਰ ਹੋਇਆ ਉਜ਼ ਤੇ ਉਜ਼ ਦਾ ਫਿਰ ਪੁੱਤਰ ਹੋਇਆ ਇਰਮ ਇਰਮ ਦਾ ਪੁੱਤਰ ਹੋਇਆ ਆਦ ਜਿਹੜੀ ਮੋਹਨ ਦੀ ਕੌਮ ਸੀ ਜਿਹਦੇ ਤੋਂ ਮੋਹਨ ਜੋ ਡਰੋ ਪਿਆ ਅਗੂ ਸਪੁੱਤਰ ਹੋਏ ਜੀ ਜਲੂਦ ਸਹਰੀਬ ਪਤਨ ਕਾਹੂ ਜੁਕਰ ਡੀਜੀ ਅਰੋੜ ਕਾ ਅਰੋੜ ਦੁਹਾਗਾ ਰੋੜ ਕਾ ਡਾਕਾ ਸ਼ਦਾਦ ਸ਼ਦੀਦ ਬਾਲਾ ਮਹਿਰ ਜਿਹਦੇ ਤੋਂ ਮੇਰਗੜ ਪਿਆਬਲੋਚਿਸਤਾਨ ਦਾਲਾ ਸੁਹਾਗਾ ਅਗੂਮੋਰ ਜਲੂਦ ਦੇ ਪੁੱਤਰ ਹੋਏ ਜੀ ਬਾਅਦ ਤੇ ਬਾਅਦ ਆ ਪੁੱਤਰ ਹੋਇਆ ਵਿਸ਼ਨੂ ਵੇਸ ਵਿਸ਼ਨੂ ਵੇਸ ਦਾ ਪੁੱਤਰ حضرت ਹੂਦ ਲੈ ਅਸਲਾਮ ਹੋਏ ਇਹਨਾਂ ਨੂੰ ਹਿੰਦੀ ਵਿੱਚ ਗੋਰਖ ਆਖਿਆ ਗਿਆ ਹਜ਼ਰਤ ਹੁਦਲਾ ਅੱਲ੍ਹਾ ਸਲਾਮ ਦੇ ਪੁੱਤਰ ਹੋਏ ਜੀ ਅਰੜ ਜਿਨ੍ਹਾਂ ਦਾ ਜਿਨ੍ਹਾਂ ਦੇ ਨਾਂ ਤੇ ਕਿਲਾ ਹਰੀੜ ਦਾਦੂ ਦੇ ਵਿੱਚ 450 ਫੁੱਟ ਉੱਚਾ ਸਿੰਧ ਦੇ ਵਿੱਚ ਮੌਜੂਦ ਹੈ ਗੱਬਰ ਬੱਬਰ ਤੰਦੂਰ ਬਰਬਰਾ ਹੀਮ ਤੇ ਅੱਗੂ ਬਰਬਰਾ ਦੇ ਪੁੱਤਰ ਹੋਏ ਅਬਰੂ ਅਬਰ ਤੇ ਅਬਰੀਨ ਅੱਗੂ ਅਬਰੂ ਦੇ ਪੁੱਤਰ ਹੋਇਆ ਕਹਤਾ ਇਕ ਕਤਾਨ ਦਾ ਹੋਇਆ ਇਕਤਾਨ ਤੇ ਫਲਜ ਸਲਜ ਯਾਰਬ ਇਹ ਯਾਰਬ ਜਿਹੜਾ ਸੀ ਇਹ Yemen ਨੂੰ ਚਲੇ ਗਏ ਥੋ ਹਿਜਰਤ ਕਰਕੇ ਔਰ ਉਥੇ ਜਾ ਕੇ ਨਾ ਤਿੰਨ ਡੈਮ ਬੰਧਾਏ ਔਰ ਸਬਾ ਦਾ ਮੁਲਕ ਬਸਾਇਆ ਇਹ ਜਿਹੜੀ ਮਲਕਾ ਬਲਕੀਸ ਠੀ ਜਦਾ ਜ਼ਿਕਰ ਕੁਰਾਨ ਪਾਕ ਚ ਆਉਂਦਾ ਆ ਜਿਹਦਾ حضرت ਸੁਲੇਮਾਨ علیہ ਸਲਾਮ ਨਾਲ ਨਕਾ ਹੋਇਆ ਇਹ ਉਸੇ ਮੁਲਕ ਦੀ ਔਰ ਇਸੇ ਕੌਮ ਦੀ ਅਗੋਂ ਇਕਤਾਨ ਦੇ ਪੁੱਤਰ ਹੋਏ ਸ਼ਾਰਖ ਜਿਹੜਾ ਦੂਜਾ ਦਾ ਬੰਬਾ ਸੀ ਔਰ ਉਹਨਾਂ ਦਾ ਪੁੱਤਰ ਹੋਇਆ ਨਾਹੂਰ ਨਾਹੂਰ ਜਿਹੜਾ ਸੀ ਇਹ ਦੂਸਰਾ ਦਾ ਸੀ حضرت ایوب ਅਵਲ ਦਾ ਜੇ ਦੀ ਪਹਿਲੇ حضرت ایوب علیہ الصلਮ ਟੋਟਲ حضرت ایوب علیہ الصلਮ ਤਿੰਨ ਹੋਏ ਨੇ ਇੱਕ ਬੰਦੀ ਇਸਰਾਇਲ ਚ ਹੋਏ ਨੇ ਉਹ ਦੂਸਰੇ ਸਾਲ ਇੱਕ ਹੋਰ ਤੀਸਰੇ ਹੋਏ ਨੇ ਤੇ ਇਹ ਪਹਿਲੇ ਸਾਲ ਇਹਦਾ ਨਾਮ ਮਲਤਾਨ ਦੇ ਵਿੱਚ ਬਾਜ਼ਾਰ ਏ ਬੂਰਗੇਟ ਦੇ ਅੰਦਰਲੇ ਪਾਸੇ ਹੋਰੇ ਮੁਲਤਾਨ ਦੇ ਬਾਦਸ਼ਾਹ ਵੀ ਸਰ ਤੇ ਆਪਣੇ ਵੇਲੇ ਦੇ ਰਸੂਲ ਵੀ ਸਨ ਅਗੋਂ ਦਾਹੂਰ ਹੋਰਾਂ ਦੇ ਪੁੱਤਰ ਹੋਏ ਜੀ ਸ਼ੱਬਰ ਤੇ ਬਸ਼ਰ ਸ਼ੱਬਰ ਤੇ ਬਸ਼ਰ ਜਿਹੜੇ ਨੇ ਇਹਨਾਂ ਦਾ ਉਥੇ ਜਿਹੜਾ ਬਾਜ਼ਾਰ ਹੈ ਨਾ ਜੀ ਸਬਜ਼ਵਾਰੀ ਸਾਹਿਬ ਦਾ ਉਹਨਾਂ ਦੇ ਲਾਗੇ ਇਹਨਾਂ ਦੇ ਮਜ਼ਾਰ ਸਰ ਜਿੱਥੇ ਮੁਹੰਬਦ ਖਾਨ ਦੇ ਬਣਾਏ ਸਨ حضرت ਯੂਬ علیہ السلام ਦੇ ਇਬਾਦਤਖਾਨੇ ਇਹਨਾਂ ਦੋਹਾਂ ਭਰਾਵਾਂ ਦੇ ਉਥੇ ਮਜ਼ਾਰ ਹੁੰਦੇ ਸਨ ਅਗਲਾ ਭਰਾ ਸੀ ਸ਼ਬੀਰ ਤੇ ਅਗਲਾ ਬਸ਼ੀਰ ਉਦੋਂ ਅਗਲਾ ਪੁੱਰਾ ਜਿਹੜਾ ਖਾਰਾ ਖਾਰਦ ਇਹ ਅਮਨ ਸਾਇਰਾ ਦੇ ਵਾਰਿਸ ਸਨ ਤੇ ਅਗਲੇ ਪੁੱਤਰ ਦਾ ਨਾਮ ਸੀ ਤਾਰਖ ਉਦੋਂ ਅਗਲੇ ਪੁੱਤਰ ਦਾ ਨਾਮ ਸੀ ਆਜ਼ਰ ਅੱਗੋਂ ਤਾਰਖ ਦੇ ਹੋਏ ਜੀ حضرت ਇਬਰਾਹੀਮ علیہ الصلਾ ਜਿਹੜੇ ਰਸੂਲ ਹੋਏ ਜੀ ਸਾਡੇ ਤੇ ਦੂਜੇ ਪੁੱਤਰ ਹੋਏ ਫਾਉਰ ਜਿਹੜੇ حضرت ਲੁਕਮਾਨ ਹਕੀਮ ਦੇ ਵਾਰਿਸ ਸਨ ਅਗਲੇ ਪੁੱਤਰ ਹੋਏ ਨਾਹੂਰ ਉਹਨਾਂ ਦੇ ਅੱਗੋਂ ਦੋ ਪੁੱਤਰ ਸਨ ਲਾਬਾਨ ਤੇ ਨੀਤੂਇਲ ਤੇ ਗੋਲਾ ਬਾਨ ਦੀਆਂ ਦੋ ਧੀਆ ਹੋਈਆ ਰਾਹੀਲ ਤੇ ਲਈਆ ਜਿਹੜੀ حضرت ਯਾਕੂਬ علیہ السلام ਦਾ ਵਿਆਹਿਆ ਗਈਆ ਤੇ ਅੱਗੋ حضرت ਇਬਰਾਹੀਮ علیہ السلام ਉਹਨਾਂ ਦੀਆਂ ਚਾਰ ਸੁਆੜੀਆਂ ਦੇ ਵਿੱਚੋਂ 13 ਪੁੱਤਰ ਤੇ ਦੋ ਧੀਆ ਹੋਈਆ ਅੱਮਾ ਸਾਇਰਾ ਵਿੱਚੋਂ حضرت ਇਸਹਾਕ علیہ السلام ਇਹਨਾਂ ਨੂੰ ਹਿੰਦੀ ਵਿੱਚ ਅੰਗਰੇਸੀ ਭਗਵਾਨ ਵੀ ਆਖਿਆ ਗਿਆ ਅੱਮਾ ਹਾਜਰਾ ਦੇ ਘਰ حضرت ਇਸਮਾਈਲ علیہ السلام ਇਹਨਾਂ ਨੂੰ ਹਿੰਦੀ ਵਿੱਚ ਅਥਰੂ ਭਗਵਾਨ ਵੀ ਆਖਿਆ ਗਿਆ ਤੀਜੀ ਤ੍ਰਿਮਤ ਜਿਹੜੀ ਅੱਮਾ ਕਤੂਰਾ ਵਿੱਚੋਂ 6 ਪੁੱਤਰ ਤੇ 3 ਲਾਲੀਬਾਈ ਹੋਈ ਚੌਥੀ ਸਵਾਰੀ ਅੱਮਾ ਹਾਦੀਆ ਦੇ ਘਰ 5 ਪੁੱਤਰ ਤੇ 1 ਧੀ ਲਬੂਦਾ ਬਾਈ ਹੋਈ ਅਗੋ حضرت ਇਸਮਾਈਲ ਅਲੈਹਿਸਲਮ ਹੋਰਾਂ ਦੀਆਂ ਤਿੰਨ ਸਵਾਰੀਆਂ ਵਿੱਚੋਂ ਔਲਾਦ ਬਸ ਐ ਅੱਮਾ ਮਜ਼ਾਕ ਦੇ ਵਾਲੀ ਹੋਈ ਤੇ ਉਸ ਵਿੱਚ ਜੋ 12 ਪੁੱਤਰ ਹੋਏ ਤੇ ਇੱਕ ਦੀ ਬਿਸਮਾ ਹੋਈ ਜੋ حضرت ਇਸਹਾਕ ਅਲੈਹਿਸਲਾਮ ਹੋਰਾਂ ਦੇ ਪੁੱਤਰ ਐਸੂਦਲ ਵਿਆਹੀ ਗਈ। حضرت ਇਸਮਾਈਲ ਅਸਲਮ ਹੋਰਾਂ ਦੇ ਮਸ਼ਹੂਰ ਪੁੱਤਰ ਇਹ ਸਨ ਨਿਆਬੂਤ ਜਿਹਦਾ ਦੁਜਾ ਦਾ ਕਰਨ ਵੀ ਸੀ ਤੇ ਮਿਸ਼ਾ ਜਿੰਦਾ ਮਕਾਬਾਦ ਕੀਤਾ ਕੀਦਾਰ ਜਿਹੜੇ ਨਬੀ ਪਾਕ ਦੇ ਜੱਦੇ ਅਮਜਸਰ ਤੇ ਉਮੇਲ ਤੇ ਪਾਬੇਲ ਇਹਨਾਂ ਦੀ نسل ਜਿਹੜੀ ਹੈ ਸਹਾਬੇ ਰਸ ਸਦਾਈ ਅੱਗੋਂ ਨਿਆਬੂਦ ਦਾ ਪੁੱਤਰ ਉਤਰੀ ਹੋਇਆ ਜਿਹਦਾ ਦੂਜਾ ਨਾਂ ਅਰਚੀ ਸੀ ਇਹ ਖਾਨਦਾਨ ਪਰਤਕੇ ਤੇ ਜੱਟ ਦੇਸ਼ ਵਿੱਚ ਸਿੱਧ ਬਲਾਇ ਜੱਟ ਦੇਸ਼ੇ ਦੀ ਸਾਡੇ ਇਲਾਕੇ ਪਰਤਕੇ ਅਰਬਾਂ ਤੋਂ ਆ ਗਿਆ ਸੀ ਅੱਗੋਂ ਉਤਰੀ ਦੇ ਪੁੱਤਰ ਹੋਏ ਤਿੰਨ ਬਰੂਨ ਨਰੀ ਤੇ ਚੰਦਰਮਾਨ ਬਰੂਨ ਦੀ ਨਸਲੋ ਜਿਹੜਾ ਜਮਗੱਦੀ ਤੇ ਹਿੰਦੂਆਂ ਦਾ ਛੇਵਾਂ avatars ਪਰਸ਼ਨਾਪ ਜੀ ਹੋਏ ਤੇ ਨਰੀ ਦੀ ਨਸਲੋ ਜੱਟਾਂ ਦੀ ਸੂਰਜ ਵੰਸੀ ਛਾਕ ਟੋਰੀ ਤੇ ਚੰਦਰਮਾਨ ਦੀ نسلੋ ਜਟਾਂ ਦੀ ਚੰਦਰਬੰਸੀ శాఖ ਦਾ ਮੁੰਡ ਬੱਜਾ ਅਗੋਂ ਨਰੀ ਦਾ ਸੂਰਜ ਹੋਇਆ ਜਿਹਦਾ ਸੂਰਜਬੰਸੀ ਜਿੱਥੋਂ ਕਬੀਲਾ ਜਾ ਮੁੰਡ ਬੱਜਿਆ ਤੇ ਅਗਲਾ ਸੂਰਜ ਸੂਰਜ ਦਾ ਪੁੱਤਰ ਹੋਇਆ ਕਸ਼ੀਪ ਤੇ ਕਸ਼ੀਪ ਦਾ ਪੁੱਤਰ ਹੋਇਆ ਕਿਰਦ ਕਿਰਦ ਦਾ ਫੇਰ ਕਸ਼ੀਪ ਹੋਇਆ ਜੀ ਤੇ ਅਗੋਂ ਉਹਦਾ ਪੁੱਤਰ ਦਿওল ਹੋਇਆ ਤੇ ਦਿওল ਦੇ ਦੋ ਪੁੱਤਰ ਹੋਏ ਬੰਦੂ ਤੇ ਬੱਛਾ ਤੇ ਬੱਛਾ ਜਿਹੜਾ ਪਹਿਲਾ ਸੂਰਜਬੰਸੀ ਜਟ ਮਹਾਰਾਜਾ ਹੋਇਆ ਅੱਗੋਂ ਮੰਨੂ ਜਿਹੜੇ ਸਾਨੂੰ ਉਹਨਾਂ ਦੀ ਨਸਲੋਂ ਗੋਰਾ ਚੰਦਰ ਜੀ ਹੋਏ ਤੇ ਅੱਗੋਂ ਫਿਰ ਬੱਛਾ ਦਾ ਪੁੱਤਰ ਹੋਇਆ ਕਛਵਾ ਤੇ ਕਛਵਾ ਦਾ ਪੁੱਤਰ ਹੋਇਆ ਬੁੱਧ ਤੇ ਬੁੱਧ ਦਾ ਪੁੱਤਰ ਹੋਇਆ ਸ਼ਿਸ਼ਪਾਲ ਤੇ ਉਹਦਾ ਅੱਗੋਂ ਹਮਸਾ ਚਾਲਕ ਤੇ ਉਹਦਾ ਅੱਗੋਂ ਆਧੂ ਚਾਲਕ ਤੇ ਆਧੂ ਚਾਲਕ ਦਾ ਨਿਰਮਲ ਚਾਲਕ ਹੋਇਆ ਤੇ ਨਿਰਮਲ ਚਾਲਕ ਦਾ ਨਿਰਾਸ਼ਦਸ ਚਾਲਕ ਤੇ ਨਿਰਾਸ਼ਦਸ ਚਾਲਕ ਦਾ ਮਹਿੰਦਰ ਚਾਲਕ ਤੇ ਮਹਿੰਦਰ ਚਾਲਕ ਦਾ ਮਾਸ ਚਾਲਕ ਤੇ ਉਹਦਾ ਮਾਲਕੂ ਚਾਲਕ ਤੇ ਮਾਲਕੂ ਚਾਲਕ ਦਾ ਸੂਰਤ ਚਾਲਕ ਸੂਰਤ ਚਾਲਕ ਦਾ ਪੁੱਤਰ ਹੋਇਆ ਲੀਲਾ ਚਾਲਕ ਤੇ ਲੀਲਾ ਚਾਲਕ ਦਾ ਪੁੱਤਰ ਹੋਇਆ ਅਮਰਤ ਚਾਲਕ ਅਮਰਤ ਚਾਲਕ ਦਾ ਪੁੱਤਰ ਹੋਇਆ ਜੀ ਗਿਆਨ ਚਾਲਕ ਤੇ ਗਿਆਨ ਚਾਲਕ ਦਾ ਪੁੱਤਰ ਹੋਇਆ ਅਮਰਮਲ ਅਮਰਮਲ ਦਾ ਪੁੱਤਰ ਗੁਲਾਬ ਚਾਲਕ ਤੇ ਗੁਲਾਬ ਚਾਲਕ ਦਾ ਪੁੱਤਰ ਹਸ਼ਮਤ ਚਾਲਕ ਤੇ ਹਸ਼ਮਤ ਚਾਲਕ ਦਾ ਪੁੱਤਰ ਬੂਰਾ ਚਾਲਕ ਤੇ ਬੂਰਾ ਚਾਲਕ ਦਾ ਪੁੱਤਰ ਜ਼ਬਰਮਲ ਤੇ ਜ਼ਬਰਮੱਲ ਦਾ ਪੁੱਤਰ ਹਮਸਾ ਰਾਜ ਤੇ ਹਮਸਾ ਰਾਜ ਦਾ ਪੁੱਤਰ ਭੋਜ ਰਾਜ ਐ ਭੋਜ ਰਾਜ ਦਾ ਪੁੱਤਰ ਹੈ ਸੂਰਜ ਮੁਖੀ ਰਾਜ ਤੇ ਸੂਰਜ ਮੁਖੀ ਰਾਜ ਦਾ ਪੁੱਤਰ ਕਿਰਨ ਰਾਜ ਕਿਰਨ ਰਾਜ ਦਾ ਪੁੱਤਰ ਚੰਦਰ ਸੀਨ ਰਾਜ ਤੇ ਚੰਦਰ ਸੀਨ ਰਾਜ ਦਾ ਪੁੱਤਰ ਗਵਾ ਸੰਗ ਸੀਨ ਤੇ ਗਵਾ ਸੰਗ ਸੀਨ ਦਾ ਪੁੱਤਰ ਕਵਾ ਸੰਗ ਸੀਨ ਕਵਾ ਸੰਗ ਸੀਨ ਦਾ ਪੁੱਤਰ ਹੋਇਆ ਬਾਲਦਾ ਸੀਨ ਤੇ ਬਾਲਦਾ ਸੀਨ ਦਾ ਪੁੱਤਰ ਦੂਦੇਸ਼ੀ ਸੀਨ ਦੂਦੇਸ਼ੀ ਸੀਨ ਦਾ ਪੁੱਤਰ ਰੂਦੇਸ਼ੀ ਸੀਨ ਤੇ ਰੂਦੇਸ਼ੀ ਸੀਨ ਦਾ ਪੁੱਤਰ ਹਮਸਾਹ ਸੀਦ ਹਮਸਾਹ ਸੀਨ ਦਾ ਪੁੱਤਰ ਹੋਇਆ ਮੂਲਰਾਜ ਜੀ ਤੇ ਮੂਲਰਾਜ ਦਾ ਪੁੱਤਰ ਹੋਇਆ ਚਾਲਕ ਰਾਜ ਚੁਨੀਰ ਰਾਜ ਉਨੀਰ ਰਾਜ ਪੁਨੀਰ ਰਾਜ ਸੁਨੀਰ ਰਾਜ ਰੋਨੀਰ ਰਾਜ ਪੰਦਵਾਰ ਰਾਜ ਭਾਟਿਆ ਰਾਜ ਗੋਰਜਰ ਰਾਜ ਜਿਹੜੇ ਗੁਜਰ ਕਬੀਲਾ ਹੈ ਤੇ ਚਲੋਕ ਰਾਜ ਜਿੱਥੋਂ ਸੁਲੰਦੀ ਕਬੀਲਾ ਨਿਕਲਿਆ ਪਰਮਾਰ ਰਾਜ ਪਰਿਹਾਰ ਇਹਦੀ ਪਢਾਰ ਰਾਜ ਤੇਚਾ ਹੂਮਾਨ ਤੇ ਤੀਆਂ ਉਹ ਯਾ ਮੋਮਲ ਦੇਵੀ ਸੁਖਰ ਦੇਵੀ ਸਰਲ ਦੇਵੀ ਤੇ ਛਪੜ ਦੇਵੀ ਅੱਗੋ ਰਾਜ ਚਾਲਕ ਦੇ ਪੁੱਤਰ ਹੋਏ ਸੋਤਰਕ ਰਾ ਸੋਤਰਕ ਜਿਹੜਾ عظیم ਜੱਟ ਸੀ ਜਿਹਦਾ ਨਾਂ ਸ਼ਸਤਰਕ ਵੀ ਸੀ ਜਿਹਨੂੰ ਸਰਕਾਪ ਵੀ ਜਿਹਦਾ ਨਾਂ ਸੀ ਜਿੰਦੇ ਸਰਕਾਪ ਯੂਐਸਟੀ ਪਾਈ ਟੈਕਸਲੇ ਦੇ ਲਾਗੇ 8000 ਸਾਲ ਤਕਰੀਬਨ ਪਹਿਲਾ ਤੇ ਦੂਜਾ ਪੁੱਤਰ ਸੀ ਰਾਜ ਸੰਧਿਆਲੀ ਤੀਜਾ ਸੀ ਹਾ ਸੰਗਲੀ ਤੇ ਚੌਥਾ ਸੀ ਰਾ ਉਡਾੜਾ ਤੇ ਧੀਆ ਹੋਇਆ ਪਦਮਣੀ ਬਾਈ ਤੇ ਸੁਦਰੀ ਬਾਈ ਅੱਗੋ ਸੋਤਰ ਘਰਾਵਾਲ ਪੁੱਤਰ ਹੋਇਆ ਸਰੂਰਾ ਸਰੋਇਆ ਰਾਜ ਮੰਮਾਰਾਜ ਪਛਦੀ ਜਾਂ ਪੁਨਸ਼ੀ ਰਾਜ ਬੁਪਾਇਆ ਰਾਜ ਬੁਪਾਏ ਦਾ ਦੂਸਰਾ ਨਾਮ ਭੂਪੜਾ ਵੀ ਸੀ ਭੂਪਾ ਵੀ ਸੀ ਬਡੋਲ ਵੀ ਸੀ ਤੇ ਸਾਇਰੋ ਸਾਇਰੋ ਰਾਜ ਤੇ ਧੀਆ ਹੋਇਆ ਸੋਛਲ ਦੇਵੀ ਤੇ ਸਵਰਧ ਦੇਵੀ ਅਗੋ ਸੋਤਰਕ ਰਾਜ ਦੇ ਪੁੱਤਰ ਹੋਏ ਮਾਲਰਾਏ ਬੱਲੀ ਸੁਦਰ ਕਸਰਾਏ ਬਾਗੜ ਰਾਏ ਗੁਰਾਇਆ ਰਾਏ ਢਿੱਲੂ ਰਾਏ ਤਿੱਤਰ ਰਾਏ ਛਿੱਤਰ ਰਾਏ ਸਹਗਰ ਰਾਏ ਜਾਂ ਸੰਗਾ ਬਰਾਦਰੀ ਸਿਆੜਾਏ ਬਡਗਾਮ ਰਾਏ ਸੋਜਲਾ ਰਾਏ ਮੁਗਰ ਰਾਏ ਡਹਿਲ ਰਾਏ ਹਜਰਾ ਦੋ ਸਜਰਾ ਕਟੋਜ ਵੀ ਦਾ ਦਾਸੀ ਜਾਂ ਭਰਾ ਦੰਦ ਰਾਏ ਤੇ ਗਤਵਾਲ ਰਾਏ ਕਿਉੜ ਰਾ ਬੱਦਲ ਰਾ ਗੀਲੂ ਰਾ ਸਸੀ ਰਾ ਸੁਹਾੜਾ ਰਾ ਕਜਲਾ ਰਾ ਸੋਲਾ ਰਾ ਤੇ ਚੌਦੜਾ ਤਿਤਿਆ ਹੋਈਆ ਮੋਰੀ ਦੇਵੀ ਸ਼ਾਸਤਰੀ ਦੇਵੀ ਲਖਣ ਦੇਵੀ ਤੇ ਗੱਗਾ ਦੇਵੀ ਅਗੋ ਮਾਲਰਾ ਮੱਲੀ ਦੇ ਘਰ ਪੁੱਤਰ ਹੋਏ ਜੀ ਐ ਪੁੱਟੜਾ ਡਹਰ ਰਾ ਨਾਇ ਚੜਾ ਸ਼ਜਰਾ ਤੇ ਲੰਗਾ ਤੇ ਤਿਤਿਆ ਗਿਆਨਰੀ ਦੇਵੀ ਸਰਸਈ ਦੇਵੀ ਸਰਸਤੀ ਦੇਵੀ ਤੇ ਪਦਮਣੀ ਦੇਵੀ ਅਗੋ ਮਾਲਰਾ ਮੱਲੀ ਦੇ ਪੁੱਤਰ ਨਾਇਚਰਾ ਦੇ ਘਰ ਪੁੱਤਰ ਹੋਏ ਜੀ ਨਾਇਚ ਦੀਆਂ ਤਿੰਨ ਸੌਣੀਆਂ ਵਿੱਚੋਂ ਇਹ ਲਾਦ ਹੋਈ ਬੂਰ ਕਬੀਲਿਓ ਆਈ ਕੁੰਦਨਬਾਈ ਵਿੱਚੋਂ ਬੱਚਾ ਸੁਹਾਵਣ ਨੌਲ ਤੇ ਤੂਰ ਪੁੱਤਰ ਹੋਏ ਤੇ ਬਡੌਰ ਮਾਈ ਸੋਢੀ ਬਾਈ ਬਡੌਰ ਮਾਈ ਸੋਢੀ ਬਾਈ ਤੇ ਜਿੰਦਾ ਬਾਈ ਤੇ ਬੁੱਢੀ ਬਾਈ ਮਾਈ 3 ਹੋਈਆਂ ਉੰਨੜ ਕਬੀਲਿਓ ਆਈ ਨਾਇਚ ਦੀ ਦੂਜੀ ਤ੍ਰਿਮਤ ਜਿਹੜੀ ਸੀ ਚੰਦਨਬਾਈ ਵਿੱਚੋਂ ਚਾਰ ਪੁੱਤਰ ਬੱচ্চਾ ਪੰਦਾਏ ਚ ਸੁਹਾਵੜ ਸੁਹਾਵਾ ਇਹ ਪੁੱਤਰ ਹੋਏ ਤੇ ਜੂੰਦੀ 22 ਸੱਤ ਭਾਈ ਤੇ ਜੀਵਨ 22 ਤਿੰਨ ਧੀਆਂ ਹੋਈਆਂ ਅੱਗੋਂ ਛੱਛਰ ਕਬੀਲਿਓ ਆਈ ਨਾਇਕ ਦੀ ਤਿੱਗੀ ਜਿਹੜੀ ਝਾਲ ਸੀ ਉਹਦਾ ਨਾਮ ਸਰਸਵਤੀ ਸੀ ਉਸ ਵਿੱਚੋਂ ਡਾਹਾ ਨੱਚ ਜਿਹਦਾ ਦੂਜਿਆਂ ਦਾ ਲਹਾਣਾ ਚ ਵੀ ਸੀ ਵਰਖਾ ਬੜਾਏ ਚ ਤੇ ਨਾਇਕ ਤਿੰਨ ਪੁੱਤਰ ਤੇ ਬਾਗਲ ਭਾਈ ਤੇ ਅੰਮਲ ਭਾਈ ਦੋ ਧੀਆਂ ਹੋਈਆਂ ਅੱਗੋਂ ਤੂਰ ਤੋਮਰਾ ਦੇ ਕਿਉਂਕਿ ਪੁੱਤਰ ਹੋਏ ਚੱਦਰ ਤੇ ਪਾਂਡੂ ਤੇ ਮਤਲਬੇ ਗੱਦੀ ਦਰਪਤ ਤਦਮਾਰ ਤਨੌਲੀ ਪ੍ਰਿਹਾਰ ਹੋਮਰ ਹੋਮ ਘੁੰਮਣ ਤਤਲਾ ਵਿਸ਼ਵਾ ਸੁਨੀਰਾ ਬੜਾਏ ਚ ਜੰਢੀਰ ਖੱਗਾ ਜੰਮਟ ਮੋੜਾ ਖੱਗ ਬੱਬਰ ਤੇ ਸਹਤਾ ਤੇ ਨਾਲਾ ਮਲ ਵੈਂਸ ਰਠੌਰ ਵੀ ਜਿਹਦਾ ਨਾਮ ਹੈ ਜੰਝੂਆ ਸ਼ਾਹੂ ਖੋਖਰ ਗੋਰਖਾ ਕਾਹੋਂ ਸਲੈਰੀਆ ਤੇ ਫੇਰ ਇਹ ਅੱਗੋਂ ਤਨਵਰ ਤਨੌਰ ਦੇ ਘਰ ਪੁੱਤਰ ਹੋਏ ਐਸਾ ਰਾਜ ਰਖੂ ਰਾਜ ਸੋਵਾਲ ਡਾਹੜ ਭੰਡ ਜਾਨੂ ਤੇ ਸੁਖੇਰਾ ਅੱਗੋਂ ਸੁਖੇਰਾ ਦੇ ਘਰ ਪੁੱਤਰ ਹੋਏ ਸੁਖੜ ਸੁਖੀਆ ਤੇ ਸੁਖੀਰਾ ਸੁਖੀਜਾ ਤੇ ਇਹ ਸਾਰੇ ਅੱਗੋਂ ਸੁਖੇਰਾ ਦੇ ਪੁੱਤਰ ਹੋਏ ਇਹ ਸੂਰਜਬੰਸਿਆ ਜੋ ਤਗੜਾ जाट ਕਬੀਲਾ ਹੈ ਇਹ ਲੋਕ ਹਿੰਦ-ਸਿੰਧ ਵਿੱਚ ਢੇਰ ਗਿਣਤੀ ਵਿੱਚ ਵਸਦੇ ਨੇ ਇਹਨਾਂ ਵਿੱਚੋਂ ਪਤੋ ਕਈ ਤੋਂ ਸਰਦਾਰ ਨਿਆਜ਼ ਐਬ ਸੁਖੇਰਾ ਦੇ ਵੀ ਸਾਨੂੰ ਆਪਣੇ ਕਬੀਲੇ ਬਾਰੇ ਜਾਣਕਾਰੀ ਦਿੱਤੀ ਇਸੇ ਕਬੀਲੇ ਵਿੱਚੋਂ ਸਰਦਾਰ ਅਮਨ ਨਵਾਜ਼ ਸੁਖੇਰਾ ਇਸ ਵੇਲੇ ਕੈਬਨਟ ਸੈਕਟਰੀ ਨੇ ਤੇ ਬੜੇ ਨਾਮੀ ਬੰਦੇ ਨੇ ਤੋਂ ਪਿਆਰਿਓ ਇਹ ਸੀ ਸੁਖੇਰਾ ਜੱਟ ਦਾ ਅਹਵਾਲ ਇਹਦੇ ਨਾਲ ਹੀ ਸ਼ਾਨ ਬਾਜਵਾ ਨੂੰ ਬਾਬਾ ਬਾਜਵਾ ਚੈਨਲ ਤੋਂ ਇਜਾਜ਼ਤ ਦਿਓ ਜਿਉਂਦੇ ਰਹੋ ਤੁਹਾਡੇ ਨਾਲ ਮਿਲਾਂਗੇ ਫੇਰ ਕਿਸੇ ਅਗਲੀ ਵੀਡੀਓ 'ਚ